ਇਹ ਤਸਵੀਰਾਂ ਜੋ ਤੁਸੀਂ ਵੇਖ ਪਾ ਰਹੇ ਹੋ ਕਾਰ ਹਾਦਸੇ ਦੀਆਂ ਨੇ। ਦਰਸਲ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ। ਹਾਦਸੇ ਤੋਂ ਬਾਅਦ ਦੱਸਿਆ ਜਾਂਦਾ ਕਿ ਕਾਰ ਸਵਾਰ ਮੌਕੇ ਤੋਂ ਭੱਜ ਨਿਕਲੇ ਪਰ ਇਸ ਕਾਰ ਦੇ ਵਿੱਚ ਵਿਦੇਸ਼ੀ ਸ਼ਰਾਬ ਲੱਦੀ ਹੋਈ ਸੀ। ਵਿਦੇਸ਼ੀ दारू ਲੱਦੀ ਇਸ ਕਾਰ ਦੇ ਵਿੱਚ ਦੇ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਕਾਰ ਦੇ ਅੰਦਰ दारू ਪਈ ਹੈ, ਬਸ ਫਿਰ ਕੀ ਸੀ? ਲੋਕਾਂ ਨੇ ਲੁੱਟ ਮਚਾ ਦਿੱਤੀ। ਸ਼ਰਾਬ ਲੁੱਟਣ ਲਈ ਹਰ ਕੋਈ ਅੱਗੇ ਆਵਦਿਆ। ਹਰ ਕਿਸੇ ਨੂੰ ਹੌਟ ਜੀ ਲੱਗੀ ਕਿ ਇਸ ਗੱਡੀ ਦੇ ਅੰਦਰ ਪਈਆਂ ਜੋ दारू ਦੀਆਂ ਪੇਟੀਆਂ ਸਨ ਉਹਨਾਂ ਚੋਂ दारू ਲੈ ਉੱਡਿਆ ਹਾਇਕ ਤਸਵੀਰ ਤੁਸੀਂ ਵੀ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਦੀ ਹੈ ਨੈਸ਼ਨਲ ਹਾਈਵੇ ਦੇ ਉੱਤੇ ਕਾਰ ਨੁਕਸਾਨੀ ਗਈ ਹੈ ਕਾਰ ਦੇ ਅਗਲੇ ਹਿੱਸੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਜੋ ਨੁਕਸਾਨ ਹੋਇਆ ਹੋਇਆ ਪਰ ਇਸ ਕਾਰ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਇਸਦੇ ਸਵਾਰ ਦੱਸਿਆ ਜਾਂਦਾ ਇੱਕ ਕਾਰ ਸਵਾਰ ਜਾਂ ਚਾਲਕ ਹੈ ਜੋ ਮੌਕੇ ਤੋਂ ਭੱਜ ਨਿਕਲਿਆ ਹਾਦਸੇ ਤੋਂ ਬਾਅਦ ਡਰ ਕੇ ਆ ਪਰ ਇਸ ਕਾਰ ਦੇ ਵਿੱਚ ਵਿਦੇਸ਼ੀ ਸ਼ਰਾਬ ਪਈ ਹੋਈ ਸੀ ਵਿਦੇਸ਼ੀ ਸ਼ਰਾਬ ਦੀਆਂ ਪੇਟੀਆਂ ਦੀਆਂ ਪੇਟੀਆਂ ਇਸ ਕਾਰ ਦੇ ਵਿੱਚ ਲੱਤੀਆਂ ਹੋਈਆਂ ਸਨ बस फिर कीसी वेगडे वेगडे ਲੋਕਾਂ ਨੇ ਲੁੱਟ ਮਚਾ ਦਿੱਤੀ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਕਿ ਗੱਡੀ 'ਚ दारू ਹੈ ਤਾਂ ਹਰ ਕੋਈ ਉਸਨੂੰ ਲੁੱਟਣ ਲਈ ਅੱਗੇ ਆ ਗਿਆ ਲੋਕਾਂ ਨੇ ਇਸ ਲੁੱਟ ਦੇ ਲਈ ਕਹਿ ਸਕਦੇ ਹਾਂ ਕਿ ਆਪਣੀ ਜਾਨ ਦੀ ਪਰਵਾਹ ਤੱਕ ਨਹੀਂ ਕੀਤੀ ਸੜਕ ਦੇ ਉੱਤੇ ਹੀ ਦੌੜਦੇ ਨਜ਼ਰ ਆਏ ਟਰੱਕ ਅੱਗੇ ਆਇਆ ਤੇ ਟਰੱਕ ਦੇ ਉੱਪਰ ਤੋਂ ਵੀ ਆਪਣੀ ਜਾਨ ਇਹਨਾਂ ਨੇ ਮਸਾਂ ਬਚਾਈ ਪਰ दारू ਲੁੱਟਣੀ ਪਹਿਲਾਂ ਸਮਝੀ दारूल लूट के ये लोग भागते दिखे कोई ट्रक मुरे दौड़ रहा है कोई बाइक मुरे दौड़ रहा है शराब दी लूट सड़क दे ਵਿਚਾਲੇ मची ता इस पूरे मंजर नु भी कैमरे च किसी ओठे खड़े व्यक्ति ने कैद कर लिया। ਵੀ ਵੇਖ ਸਕਦੇ ਹੋ ਇੱਕ ਦੋ ਤੋਤੋਂ ਦਾ ਸ਼ਰਾਬ ਦੀ ਬੋਤਲ ਵੀ ھیਠਾਂ ਡੇਗੀ। ਦੂਸਰਾ ਮੋਟਰਸਾਈਕਲ ਸਾਈਡ ਤੇ ਲਗਾ ਕੇ ਉਸ ਸ਼ਰਾਬ ਨੂੰ ਲੁੱਟਾਂ ਲੈ ਅੱਗੇ ਵਧ ਰਿਹਾ ਹੈ। ਇਹ ਤਸਵੀਰਾਂ ਸ਼ਰਾਬ ਦੀ लूट ਦੀਆਂ ਤਸਵੀਰਾਂ ਨੇ ਜੋ ਤੁਸੀਂ ਸਕਰੀਨ ਤੇ ਵੇਖ پا ਰਹੇ ਹੋ। ਇਸ ਲਈ ਬੇहद अहम ਇਹ ਖਬਰ ਕਹੀ ਜਾ ਸਕਦੀ ਹੈ। ਅਕਸਰ ਪਹਿਲਾਂ ਪੰਜਾਬ ਦੇਖਿਆ ਗਿਆ ਸੀ ਕਿ ਸੇਬਾਂ ਦਾ ਟਰੱਕ ਪਲਟ ਗਿਆ ਸੇਬਾਂ ਦਾ ਟਰੱਕ ਪਲਟਣ ਤੋਂ ਬਾਅਦ ਲੋਕਾਂ ਨੇ ਸੇਬਾਂ ਦੀ ਲੁੱਟ ਮਚਾ ਦਿੱਤੀ ਉਹ ਸ਼ੱਕ ਕੁਝ ਪੰਜਾਬ ਦੇ ਦਾਨੀ ਸੱਜਣਾ ਦੇ ਵੱਲੋਂ ਉਸ ਟਰੱਕ ਚਾਲਕ ਦੀ ਮਦਦ ਕੀਤੀ ਗਈ ਪਰ ਇੱਥੇ ਤਾਂ ਮਾਹਰਾ ਹੀ ਉਲਟਾ ਹੈ ਗੱਡੀ ਨੁਕਸਾਨੀ ਗਈ ਹੈ ਗੱਡੀ ਹੱਥ ਸਿਰ ਦਾ ਸ਼ਿਕਾਰ ਹੋਈ ਡਰਾਈਵਰ ਡਰ ਗਿਆ ਡਰਾਈਵਰ ਨੇ ਗੱਡੀ ਛੱਡ ਕੇ ਚਲਾ ਗਿਆ ਮੌਕੇ ਤੋਂ ਜਿਵੇਂ ਕਹਿ ਸਕਦੇ ਹਾਂ ਕਿ ਉਹ ਫਿਰਾਲ ਕਿ ਹੋ ਜਖਮੀ ਹੋ ਸਕਦੇ ਕਿ ਅੰਦਰ ਉਂਦਰ ਹੋਇਆ ਹੋਵੇ ਪਰ ਇਸ ਤੋਂ ਬਾਅਦ ਲੋਕਾਂ ਨੂੰ ਜਿਵੇਂ ਪਤਾ ਲੱਗਿਆ ਕਿ ਗੱਡੀ ਚ ਤਾਂ ਵਿਦੇਸ਼ੀ ਸ਼ਰਾਬ ਪਈ ਐ दारू ਪਈ ਐ ਲੋਕਾਂ ਨੇ ਸ਼ਰਮ ਹੀ ਲਾ ਦਿੱਤੀ ਸ਼ਰਾਬ ਲੁੱਟਣ ਦੀ ਹੋੜ ਲੱਗ ਗਈ ਨਾਲ ਲੋਕਾਂ ਦੇ ਵਿੱਚ दारू ਲੁੱਟਣ ਲਈ ਲੋਕ ਐਦਾਂ ਕਿ ਟੁੱਟ ਪਏ ਮਨੋਂ ਕਿਸੇ ਨੇ ਮਧੂ ਮੱਖੀਆਂ ਦਾ ਛੱਤਾ ਛਿੜ ਦਿੱਤਾ ਹੋਵੇ ਇਹ ਤਸਵੀਰ ਬਦਹਾਲੀ ਦੇ ਬਿਆਨ ਕਰਦੀ ਤਸਵੀਰ ਹੈ ਕਿ ਇਸ ਤਰੀਕੇ ਨੈਸ਼ਨਲ ਹਾਈਵੇ ਦੇ ਉੱਤੇ ਲੋਕਾਂ ਨੇ ਸ਼ਰਾਬ ਦੀ ਲੁੱਟ ਵਿਚਾਰ ਰੱਖੀ ਐ ਦੱਸ ਦਈਏ ਕਿ ਜਿਸ ਇਲਾਕੇ ਦੇ ਵਿੱਚ ਸ਼ਰਾਬ ਦੀ ਲੁੱਟ ਪਈ ਹੈ ਉਸ ਇਲਾਕੇ ਤਾਂ ਸ਼ਰਾਬ ਹੀ ਬੈਣ ਹੈ ਇਸ ਸ਼ਹਿਰ ਦੇ ਵਿੱਚ ਸ਼ਰਾਬ ਬੈਣ ਹੈ ਇਸ ਪੂਰੇ ਸੂਬੇ ਵਿੱਚ ਸ਼ਰਾਬ ਬੈਣਾ ਗਿਆ ਦੀਆਂ ਤਸਵੀਰਾਂ ਨੇ ਜਿਸ ਦੀਆਂ ਤਾਂ ਸਾਂਝੀਆਂ ਕਰ ਰਹੇ ਫਿਲਹਾਲ ਇੱਥੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਸਵੇਰ ਦੇ ਸਮੇਂ ਕਾਰ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਮੌਕੇ ਤੋਂ ਡਰਾਈਵਰ ਇੱਧਰ ਹੋ ਉਹ ਇੱਧਰ ਹੋਇਆ ਤਾਂ ਫਿਲਹਾਲ ਦੱਸਿਆ ਜਾਂਦਾ ਹੈ ਕਿ ਨੇੜੇ ਹਾਦਸੇ ਦੇ ਵੱਲੇ ਲੋਕ ਹਾਦਸਾ ਦੇਖਣ ਲਈ ਨੇੜੇ ਇਕੱਠੇ ਹੋ ਗਏ ਪਰ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਕਿ ਇਸ ਗੱਡੀ 'ਚ ਤਾਂ दारू ਪਈ ਹੈ ਉਹ ਵੀ ਵਿਦੇਸ਼ੀ ਬੱਸ ਫਿਰ ਕੀ ਸੀ ਲੋਕਾਂ ਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਅਜਿਹਾ ਲੁੱਟ ਮਚਾਈ ਅਜਿਹੀ ਲੁੱਟ ਮਚਾਈ ਕਿ ਹਰ ਕੋਈ ਦੇਖਣ ਵਾਲਾ ਤਾਂ ਹੈਰਾਨ ਹੀ ਰਹਿ ਗਿਆ ਕਿ ਲੋਕ ਕੀ ਕਰ ਰਹੇ ਨੇ ਸ਼ਰਾਬ ਦੀਆਂ ਪੇਟੀਆਂ ਦੇ ਵਿੱਚੋਂ दारू ਦੀਆਂ ਬੋਤਲਾਂ ਤੇ ਬੋਤਲਾਂ ਲੁੱਟ ਕੇ ਲੈ ਗਏ ਟਰੱਕਾਂ ਦੀ ਸੜਕ ਤੇ ਚੱਲਦੇ ਟਰੱਕਾਂ ਦੀ ਪਰਵਾਹ ਤੱਕ ਨਹੀਂ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਬਾਈਕ ਰੋਕ ਕੇ ਪਹਿਲਾਂ ਬੰਦਾ ਸ਼ਰਾਬ ਲੁੱਟਣ ਗੱਡੀ 'ਚ ਚੜ ਗਿਆ ਅੱਗੇ ਟਰੱਕ ਲੰਘ ਰਹੇ ਨੇ ਸ਼ਰਾਬ ਦੀ ਲੁੱਟ ਕਰਕੇ ਡਿੱਗੀ ਚ ਪੇਟੀ ਦੇ ਕਹਿ ਸਕਦੇ ਹੋ ਬਾਈਕ ਦੇ ਵਿੱਚ ਡਿੱਗੀ ਚ ਸੰਭਾਲਦਾ ਹੋਇਆ ਬੋਤਲਾਂ ਆਖਰਕਾਰ ਆਪਣੀ ਬਾਈਕ ਨੂੰ ਕਿੱਕ ਮਾਰਦਾ ਹੈ ਤੇ ਸੜਕ ਦੇ ਸਾਈਡ ਤੇ ਲਿਆ ਕੇ ਖੜੀ ਕਰ ਦਿੰਦਾ ਹੈ ਤਾਂ ਜੋ ਹਲੇ ਹੋਰ ਸ਼ਰਾਬ ਉਲਟ ਸਕੇ ਇਹ ਬੇहद ਸ਼ਰਮਨਾਕ ਤਸਵੀਰ ਹੈ ਜਿੱਥੇ ਇੱਕ ਕਾਰ ਹਾਦਸੇ ਦਾ ਆਸ਼ੀਕਾਰ ਹੋਈ ਪਈ ਹੈ ਉਸ ਦੇ ਡਰਾਈਵਰ ਦੀ ਜਾਂ ਉਸ ਦੇ ਚਾਲਕ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਦੀ ਥਾਂ ਇਹਨਾਂ ਲੋਕਾਂ ਨੇ ਉਸ ਕਾਰ ਦੇ ਅੰਦਰ ਪਈ दारू ਨੂੰ ਲੁੱਟਣਾ ਹੀ ਜ਼ਿਆਦਾ ਜ਼ਰੂਰੀ ਸਮਝਿਆ ਇਹ ਤਸਵੀਰ ਹੈਰਾਨ ਕਰਦੀ ਤਸਵੀਰ ਹੈ ਗਿਆ ਦੀਆਂ ਇਹ ਤਸਵੀਰਾਂ ਨੇ ਜੋ ਸਾਡੀ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀ ਹੈ ਨੇ ਫਿਲਹਾਲ ਬਹੁਤ ਹੀ ਜ਼ਿਆਦਾ ਹੈਰਾਨਗੀ ਭਰੀ ਤਸਵੀਰ ਕਹੀ ਜਾ ਸਕਦੀ ਹੈ ਸ਼ਰਾਬ ਦੀ ਲੁੱਟ ਮਚਾ ਦਿੱਤੀ ਇਹਨਾਂ ਲੋਕਾਂ ਨੇ ਵੇਖਣ ਵਾਲਾ ਹਰ ਕੋਈ ਹੈਰਾਨ ਰਹਿ ਗਿਆ ਇਹਨਾਂ ਲੋਕਾਂ ਵੱਲੋਂ ਕਹਿ ਸਕਦੇ ਹੋ ਕਿ ਜਿਸ ਤਰੀਕੇ ਸ਼ਰਾਬ ਦੀ ਲੁੱਟ ਮਚਾਈ ਗਈ ਹੈ ਉਸ ਦੀ ਇਹ ਮੂੰਹ ਬੋਲਦੀ ਤਸਵੀਰ ਉੱਥੇ ਰਾਹ ਚੱਲਦੇ ਇੱਕ ਵਿਅਕਤੀ ਨੇ ਕੈਦ ਕਰੀ